ਅੱਜ ਸੋਚਿਆ ਕਿ ਥੋੜੀ ਬਹੁਤੀ ਸ਼ਾਪਿੰਗ ਕਰੀਏ। ਮੈਕਬੁੱਕ ਪ੍ਰੋ ਲੱਗੀ ਆ $3000 ਦੀ, ਇੱਕ ਟੈਬ $1799 ਦੀ ਲੱਗੀ ਆ, 20% ਆਫ HP ਕੰਪਿਊਟਰ ਤੇ ਲਾਇਆ, ਸਵੀਡਿਸ਼ ਵੀ ਆ ਗਈ ਨਾਲ ਤੇ ਆਪਣੀ। ਹੈ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਸਾਰੇ ਨੇ ਠੀਕ ਹੋਵੋਗੇ। ਅੱਜ ਯਾਰ ਸੰਡੇ ਹੋ ਕੇ ਉੱਠ ਕੇ ਰੈਡੀ ਸ਼ੈਡੀ ਹੋ ਗਏ ਆ, ਠੰਡ ਬਹੁਤ ਆ ਯਾਰ, ਜੇ ਤੁਸੀਂ ਬਾਹਰ ਦੇਖੋ ਨਾ ਵੈਦਰ ਇੱਦਾਂ ਦਾ ਚੱਲ ਰਿਹਾ। ਅਤੇ ਅੱਜ ਸੋਚਿਆ ਕਿ ਥੋੜ੍ਹੀ ਬਹੁਤੀ ਸ਼ੋਪਿੰਗ ਕਰੀਏ, ਲੈਪਟੋਪ ਲੈਣ ਜਾਈਏ। ਵੈਸੇ ਤਾਂ ਮੇਰੇ ਕੋਲ ਮੈਕਬੁੱਕ ਹੈਗੀ ਆ ਅਤੇ ਆਈਪੈਡ ਹੈਗਾ ਇੱਕ ਪਿਆ ਉੱਥੇ, ਅਤੇ ਆਪਾਂ ਸੋਚ ਰਹੇ ਹਾਂ ਕਿ ਹੁਣ ਇੱਕ ਲੈਪਟੋਪ ਚਾਹੀਦਾ ਆ, ਬਟ ਜਿਹੜਾ ਐਪਲ ਦਾ ਨਾ ਹੋਵੇ ਯਾਰ, ਕਿਉਂਕਿ ਜਿੰਨੀਆਂ ਵੀ ਚੀਜ਼ਾਂ ਮੈਂ ਯੂਜ਼ ਕਰ ਰਿਹਾ ਨਾ ਸਾਰੀਆਂ ਐਪਲ ਦੀਆਂ ਕਰ ਰਿਹਾ, ਬਟ ਕਈ ਵਾਰੀ ਤੁਹਾਨੂੰ ਪਤਾ ਕਈ ਵਾਰੀ ਇੱਦਾਂ ਦੀ ਚੀਜ਼ ਦੀ ਲੋੜ ਪੈ ਜਾਂਦੀ ਹੈ, ਕੁਝ ਡਾਊਨਲੋਡ ਕਰਨਾ ਹੁੰਦਾ ਹੈ, ਸੋ ਉਹ ਐਪਲ ਦੇ ਹੁੰਦਾ ਨਹੀਂ, ਉਹ ਇੱਦਾਂ ਹੈ ਕਈ ਚੀਜ਼ਾਂ ਐਪਲ ਦੇ ਪੇਡ ਹੁੰਦੀਆਂ। ਸੋ ਮੇਰਾ ਮਨ ਕਰਦਾ ਦੂਜਾ ਆਪਾਂ ਇੰਟਲ ਕੋਰ ਦਾ ਲੈਪਟੋਪ ਲੈ ਕੇ ਆਈਏ, i7 i5 ਜਾਂ i9 ਪ੍ਰੋਸੈਸਰ, $1500 ਤੱਕ ਅਰਾਊਂਡ ਆ ਜਾਵੇ ਹੋਪਫੁਲੀ। ਦੇਖਾਂਗੇ ਜਾ ਕੇ ਕੀ ਹੈ, ਇੱਕ ਆਪਾਂ ਨੂੰ ਨੋਰਮਲ ਚਾਹੀਦਾ ਆ ਸਾਈਡ ਮਾੜਾ ਮੋਟਾ ਕੰਮ ਕਰਨ ਲਈ। ਸੋ ਆਪਾਂ ਹੁਣ ਲੈ ਕੇ ਆਉਂਦੇ ਹਾਂ ਲੈਪਟੋਪ, ਅਤੇ ਲੈਟਸ ਗੋ ਗਾਇਜ਼, ਨਿਕਲਦੇ ਹਾਂ ਸ਼ੋਪਿੰਗ ਕਰਦੇ ਹਾਂ। ਆਲਰੇਡੀ ਟਾਈਮ ਹੋ ਗਿਆ ਜੀ, 4 ਗਏ ਆ ਵੱਜ, ਅਤੇ ਆਪਾਂ ਚੱਲਦੇ ਹਾਂ। ਤੁਸੀਂ ਦੇਖ ਲਓ ਜੈਕਟ ਤੋਂ ਹਿਸਾਬ ਲਾ ਸਕਦੇ ਹਾਂ ਠੰਡ ਕਿੰਨੀ ਕੁ ਹੋ ਗਈ ਆ। ਘੱਟ ਤੋਂ ਘੱਟ ਗੱਲ ਕਰੀਏ ਤਾਂ ਵੈਦਰ ਇੰਨਾ ਕੁ ਜ਼ਿਆਦਾ ਠੰਡਾ ਹੋ ਗਿਆ ਨਾ ਸਿਡਨੀ ਦੇ ਵਿੱਚ, ਠੰਡ ਬਹੁਤ ਹੋਈ ਜਾਂਦੀ ਆ, 5 ਡਿਗਰੀ ਦੇ ਅਰਾਊਂਡ ਵੈਦਰ ਚੱਲ ਰਿਹਾ ਆ। ਅਤੇ ਲੈਟਸ ਗੋ, ਆਪਾਂ ਪਹਿਲਾਂ ਲੈਪਟੋਪ ਦੇਖਦੇ ਹਾਂ, ਦੇਖਦੇ ਹਾਂ ਜੇ ਕੋਈ ਪਸੰਦ ਵਧੀਆ ਆਇਆ ਤਾਂ ਲਵਾਂਗੇ, ਨਹੀਂ ਤਾਂ ਫਿਰ ਵੇਟ ਕਰਾਂਗੇ, ਨਹੀਂ ਤਾਂ ਆਲੇ ਦੁਆਲੇ ਲੱਭਣਾ ਪੈਣਾ ਯਾਰ। ਬਸ ਐਂਟਰ ਕਰਦੇ ਹੀ ਆਪਾਂ ਨੂੰ ਮਿਲ ਗਈ ਗੈਸ ਪਾਰਕਿੰਗ, ਅਤੇ ਹੁਣ ਆਪਾਂ ਉੱਥੇ ਚੱਲਦੇ ਹਾਂ। ਬਸ ਪਾਰਕਿੰਗ ਵੀ ਇੰਨੀ ਜਲਦੀ ਮਿਲਦੀ, ਰੱਬ ਵੀ ਕਹਿੰਦਾ ਕਿ ਅੱਜ ਲੈਪਟੋਪ ਮਿਲ ਹੀ ਜਾਣਾ, ਦੇਖਦੇ ਹਾਂ। ਤਾਂ ਮਨ ਕਰਦਾ ਕਿ ਡੈੱਲ ਦਾ ਬਿਜ਼ਨਸ ਲੈਪਟੋਪ ਯੂਜ਼ ਕਰੀਏ ਜਾਂ ਫਿਰ HP ਦਾ, ਇਹਨਾਂ ਦੋਵਾਂ 'ਚੋਂ ਇੱਕ ਲੈਪਟੋਪ ਲੈਣ ਬਾਰੇ ਸੋਚ ਰਿਹਾ ਮੈਂ, ਬਾਕੀ ਦੇਖਦੇ ਹਾਂ ਜਿਹੜਾ ਉੱਥੇ ਹੋਊਗਾ। ਕਈ ਵਾਰੀ ਕੋਈ ਡੀਲ ਲੱਗੀ ਹੁੰਦੀ ਆ, ਕਈ ਵਾਰੀ ਹੈ ਲੈਪਟੋਪ 30% ਜਾਂ ਹਾਫ ਪ੍ਰਾਈਸ 'ਤੇ ਵੀ ਲੱਗੇ ਹੁੰਦੇ ਆ, ਸੋ ਜਿਹੜਾ ਵੀ ਆਪਾਂ ਨੂੰ ਮਿਲੂਗਾ ਆਪਾਂ ਉਹੀ ਚੱਕ ਲਵਾਂਗੇ, ਕਿਉਂਕਿ ਇਹ ਯੂਜ਼ ਮੈਂ ਥੋੜ੍ਹਾ ਹੀ ਕਰਨਾ ਹੈ, ਜ਼ਿਆਦਾ ਨਹੀਂ। ਵੈਸਟਫੀਲਡ ਦਾ ਜਿਹੜੇ ਮਰਜ਼ੀ ਟਾਈਮ ਆ ਜਾਓ, ਭਰਿਆ ਹੀ ਹੁੰਦਾ। ਤੁਸੀਂ ਇੱਥੇ ਜਾਣਾ ਯਾਰ ਆਪਾਂ JB Hi-Fi, ਅਤੇ ਇੱਥੋਂ ਦੇਖਦੇ ਹਾਂ। ਪਹਿਲਾਂ ਵੀ ਆਪਾਂ ਇੱਕ ਦੋ ਵਾਰੀ ਆਏ ਸੀ ਇੱਥੇ, ਆਈ ਥਿੰਕ ਇੱਥੋਂ ਡਰੋਨ ਚੱਕਣ ਆਏ ਸੀ, ਅਤੇ ਇੱਥੇ ਥੋੜ੍ਹਾ ਮਹਿੰਗਾ ਵੀ ਪ੍ਰਾਈਜ਼ ਹੋਇਆ ਨਾ, ਇਹ ਪ੍ਰਾਈਜ਼ ਕੰਪੈਰੀਜ਼ਨ ਵੀ ਕਰ ਦਿੰਦੇ ਆ। ਜਿਹੜਾ ਪ੍ਰਾਈਜ਼ ਕੰਪੈਰੀਜ਼ਨ ਹੈ ਹੋ ਹੀ ਜਾਂਦਾ ਹੈ, ਸੋ ਆਪਾਂ ਪਹੁੰਚ ਗਏ JB Hi-Fi ਲੈ। ਸਭ ਤੋਂ ਪਹਿਲਾਂ ਤਾਂ ਮੈਕਬੁੱਕ ਵੱਲ ਪਤਾ ਲੱਗ ਗਿਆ, ਮੈਕਬੁੱਕ ਪ੍ਰੋ ਲੱਗੀ ਆ $3000 ਦੀ। ਐਕਚੁਅਲੀ ਮੇਰੇ ਕੋਲ ਇਹਦੇ ਨਾਲ ਦੀ ਮੈਕਬੁੱਕ ਤਾਂ ਹੈ, ਆਪਾਂ ਦੇਖਣਾ ਹੈ ਦੂਸਰਾ ਲੈਪਟੋਪ। ਸਰਫੇਸ ਲੈਪਟੋਪ ਲੱਗਾ ਹੈ ਮਾਈਕਰੋਸੋਫਟ ਦਾ, ਇਹ ਲੱਗਾ ਜੀ $1199 ਦਾ, ਨੋਟ ਬੈਡ ਆ, ਵਧੀਆ। ਵੈਸੇ ਇੱਦਾਂ ਕਦਾ ਹੀ ਲੈਪਟੋਪ ਮੈਨੂੰ ਚਾਹੀਦਾ ਹੈ, ਬਟ ਮਾਈਕਰੋਸੋਫਟ ਨਹੀਂ, ਵਧੀਆ ਕੰਪਨੀ ਦਾ, ਡੈੱਲ ਦਾ ਮਿਲ ਜਾਵੇ ਤਾਂ ਜ਼ਿਆਦਾ ਵਧੀਆ। ਇਹ ਥੋੜ੍ਹਾ ਛੋਟਾ ਆ ਅਤੇ ਆਹ ਬਿੱਗ ਆ। ਐਪਲ ਦੇ ਤਾਂ ਵੈਸੇ ਸਾਰੇ ਸ਼ੌਕੀਨ ਹੀ ਹੈਗੇ ਆ, ਪਰ ਐਪਲ ਦੇ ਦੇਖੋ ਥੋੜ੍ਹੇ ਜਿਹੇ ਲੱਗੇ ਆ ਯਾਰ, ਬਾਕੀ ਕੰਪਨੀਆਂ ਦੇ ਇੰਨੇ ਕੁ ਜ਼ਿਆਦਾ ਲੈਪਟੋਪ ਆ ਨਾ, ਵਰਾਇਟੀ ਆ, ਮੈਂ ਇੱਥੇ ਆ ਕੇ ਪਜ਼ਲ ਹੀ ਹੋ ਗਿਆ ਕਿ ਕਿਹੜਾ ਲਿਆ ਜਾਵੇ। ਯਾਰ ਦੇਖੋ ਇੱਧਰ ਵੀ ਭਰੇ ਪਏ ਆ, ਆਹ ਵੀ ਲਾਈਨ ਸਾਰੀ ਭਰੀ ਪਈ ਆ, ਅਤੇ ਜੇ HP ਦੇ ਇੱਧਰ ਆ ਦੇਖੋ, ਆਹ ਸਾਰੇ HP ਦੇ ਆ। ਆਹ ਐਸ ਕੰਪਨੀ ਦੇ ਬੜੇ ਚੀਪ ਲੱਗੇ ਆ, ਜੇ ਕਿਸੇ ਨੇ ਵੀ ਕੋਈ ਨਵਾਂ ਸਟੂਡੈਂਟ ਭਰਾ ਆਉਂਦਾ ਜੇ ਜ਼ਿਆਦਾ ਪੈਸੇ ਨਹੀਂ ਖਰਚਣਾ ਚਾਹੁੰਦਾ, ਤਾਂ ਤੁਸੀਂ ਆ ਏਸਸ ਇੱਦਾਂ ਦੀ ਕੰਪਨੀ ਲੈਨੋਵੋ ਦਾ ਵੀ ਲੈ ਸਕਦੇ ਹਾਂ। ਵੈਸੇ ਮੈਂ ਸੋਚ ਰਿਹਾ ਕਿ ਡੈੱਲ ਦਾ ਲੈ ਲਿਆ ਜਾਵੇ ਲੈਪਟੋਪ, ਬਟ ਥੋੜ੍ਹਾ ਜਿਹਾ ਰੀਜ਼ਨੇਬਲ ਪ੍ਰਾਈਸ 'ਤੇ, ਕਿਉਂਕਿ ਡੈੱਲ ਦੀ ਯਾਰ ਲੁੱਕ ਕੁਆਲਿਟੀ ਬਹੁਤ ਜ਼ਬਰਦਸਤ। ਇੱਧਰ ਵੀ ਆ ਜਿੰਨੇ ਵੀ ਆਹ ਵਾਲੇ ਲੱਗੇ ਆ ਸਾਰੇ ਲੈਨੋਵੋ ਦੇ ਆ, ਉੱਪਰ ਵੀ ਲੈਨੋਵੋ ਦੇ ਆ, ਇੱਕ HP ਦਾ ਲੱਗਾ, ਬਾਕੀ ਨੋਟਬੁੱਕਸ ਵਗੈਰਾ ਵੀ HP ਦੀਆਂ ਹੈਗੀਆਂ। ਇੱਧਰ HP ਦੇ ਵੀ ਲੱਗੇ ਹੋਏ ਆ, ਆ ਉੱਪਰ ਇਹ ਨੋਟਬੁੱਕਾਂ, ਐਕਚੁਅਲੀ ਨੋਟਬੁੱਕ ਦਾ ਯਾਰ ਫਾਇਦਾ ਨਹੀਂ, ਲੈਪਟੋਪ ਚਾਹੀਦਾ ਆ ਆਹ ਵਾਲੇ ਸਾਈਜ਼ ਦਾ, ਆਪਾਂ ਨੂੰ ਵੱਡੀ ਸਕਰੀਨ ਵਾਲਾ ਲੈਪਟੋਪ ਚਾਹੀਦਾ ਆ ਜਾਂ ਐਡੀ ਸਕਰੀਨ, ਆਹ ਥੋੜ੍ਹਾ ਛੋਟਾ ਹੋ ਜਾਂਦਾ। ਆਹ ਦੇਖਿਓ ਇੱਕ ਟੈਬ $1799 ਦੀ ਲੱਗੀ ਆ, ਇਹ ਹੈਗੀ ਆ ਸੈਮਸੰਗ ਦੀ ਗਲੈਕਸੀ ਟੈਬ S8, ਕਿੱਡੀ ਵੱਡੀ ਟੈਬਲੇਟ ਆ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਕਿਹੜਾ ਪ੍ਰੋਸੈਸਰ ਲੈਣਾ ਚਾਹੀਦਾ, ਇੰਟਲ i-Core 5, 7 ਕਿ 9। 9 ਤਾਂ ਟੌਪ ਆ, ਥੋੜ੍ਹਾ ਜਿਹਾ ਜ਼ਿਆਦਾ ਐਕਸਪੈਂਸਿਵ 'ਚ ਆ ਜਾਂਦਾ ਹੈ, ਬਟ ਤੁਸੀਂ ਦੱਸੋ ਕਿ i-7 ਲੈ ਲਿਆ ਜਾਵੇ ਕਿ ਨਹੀਂ। ਅਤੇ ਜੇ ਕਿਸੇ ਨੂੰ ਵੀ ਲੈਪਟੋਪ ਦੀ ਨੌਲੇਜ ਆ ਇਸ ਕੰਪਨੀਆਂ ਦੀ, ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ, ਕਿ ਇੱਕ ਮੇਰੇ ਤੋਂ ਮੈਕਬੁੱਕ ਹੈਗੀ ਆ, ਉਹੀ ਯੂਜ਼ ਕਰੀ ਜਾਂਦਾ ਹੈ, ਹੁਣ ਮੈਂ ਸੋਚਦਾ ਕਿ ਇੱਕ ਇਹਦੇ ਨਾਲ ਦਾ ਵੀ ਲੈਪਟੋਪ ਲਈਏ। ਮੈਸੇਜ ਕਰਿਓ ਕਿ ਕਿਹੜਾ ਲੈਪਟੋਪ ਲਿਆ ਜਾਵੇ ਯਾਰ,
क्योंकि मैं तो इतने आके पजल हो गया, दो चार लैपटॉप चूज किए हैं, एक एच पी का वो परली साइड, तो एक डैल का भी चूज किया है। बाकी इन चो देखते हैं, तो कंपनी का भी जरूर दस्यो कि कंपनी का लैपटॉप लिया जाए। एच पी के इन के उत्ते लाया 25% ऑफ, ये सॉरी क्रोमबुक पर लाया, हाँ देखो इन्होंने 20% ऑफ एच पी कंप्यूटर पर लाया। सो देखते हैं कि जे जिदा 1500 का आया तो जे तो 20% ऑफ मिल जाए तो वैल एंड गुड आ। तो इदा के साइज का लैपटॉप लै सकते हैं अपना। डैल के लैपटॉपों पर भी 20% ऑफ आ, हम देखते हैं कि आ प्राइस के उत्ते 20% ऑफ मिलता कि नहीं मिलता। पहला उन्होंने पूछते हैं $1000 का आ वाला भी वधिया लगे आ। इहदा प्रोसैसर हैगा i5, तो i5 या i7 तक वधिया मिल रहा, तो ये खास डिफरेंस नहीं है। तो आपां मिल रहा है जी $1200 का i7 प्रोसैसर, यह हैगा डैल का, हैगा आ 16GB रैम, 512GB SSD, 15.6 इंच का आ, जा आ भी वधिया मिल रहा है $1000 का एच पी का। ਕਿਹੜਾ ਪਸੰਦ ਆਉਂਦਾ, ਬਾਕੀ ਉਹਨੂੰ ਪੁੱਛਿਆ, ਉਹ ਕਹਿੰਦਾ ਕਿ i7 ਪ੍ਰੋਸੈਸਰ ਲੈ ਲਓ। i7 ਅਤੇ i5 ਦੇ ਵਿੱਚ ਪ੍ਰਾਈਜ਼ ਦੇ ਵਿੱਚ ਵੀ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ। ਉਹ ਕਹਿੰਦਾ ਜੇ ਤੁਸੀਂ ਬਹੁਤ ਜ਼ਿਆਦਾ ਗ੍ਰਾਫਿਕ ਚੀਜ਼ਾਂ ਇੱਦਾਂ ਦੀਆਂ ਚੀਜ਼ਾਂ ਕਰਨੀਆਂ ਤਾਂ ਫਿਰ ਤਾਂ i7+ ਹੀ ਲਓ। ਮੈਂ ਉਹਨੂੰ ਕਿਹਾ ਕਿ ਮੈਂ ਜਸਟ ਨੋਰਮਲੀ ਯੂਜ਼ ਕਰਨਾ ਹੈ, ਬਾਕੀ ਚੀਜ਼ਾਂ ਲਈ ਮੈਂ ਆਲਰੇਡੀ ਮੈਕਬੁੱਕ ਹੀ ਯੂਜ਼ ਕਰ ਹੀ ਰਿਹਾ ਹਾਂ। ਆਪਾਂ ਸੋਚਦੇ ਹਾਂ ਕਿ ਆਹ ਵਾਲਾ ਲੈ ਲੈਂਦੇ ਹਾਂ ਗਾਇਜ਼। ਫਿਊ ਮਿੰਟਸ ਲੇਟਰ ਇੱਦਾਂ ਕਰਦੇ ਹਾਂ, ਇੱਕ ਦੋ ਲੈਪਟੋਪ ਤਾਂ ਪਸੰਦ ਆਏ ਆ, ਬਟ ਆਪਾਂ ਹੋਰ ਸ਼ੋਪ ਆ ਇੱਥੇ, ਉੱਥੇ ਵੀ ਜਾਂਦੇ ਹਾਂ, ਆਫਿਸ ਵਰਕ ਆ ਉੱਥੇ ਵੀ ਟਰਾਈ ਕਰਦੇ ਹਾਂ, ਦੋ ਚਾਰ ਜਗ੍ਹਾ ਦੇਖਾਂਗੇ, ਫਿਰ ਕੰਪੈਰੀਜ਼ਨ ਕਰਕੇ ਦੇਖਾਂਗੇ। ਕਿਉਂਕਿ ਕਈ ਬ੍ਰਾਂਡ ਦੇ ਮੈਂ ਔਨਲਾਈਨ ਚੈੱਕ ਕੀਤੇ ਆ, ਉੱਧਰ ਚੀਪ ਮਿਲਦੇ ਆ। ਡੈੱਲ ਜਾਂ ਐਚ ਪੀ ਦਾ i5 ਜਾਂ i7 ਚੋਂ ਆਪਾਂ ਕੋਈ ਵੀ ਲੈ ਲੈਣਾ, ਜਨਰੇਸ਼ਨ ਹੋਵੇ ਥੋੜ੍ਹੀ ਉੱਪਰਲੀ, ਜਿੱਥੋਂ ਵੀ ਉਹ ਚੀਪ ਡੀਲ ਮਿਲਦੀ ਹੋਈ ਆਪਾਂ ਉੱਥੋਂ ਹੀ ਜਾ ਕੇ ਲਵਾਂਗੇ। ਜੇ ਉਹੀ ਚੀਜ਼ ਔਨਲਾਈਨ ਵੀ ਚੀਪ ਮਿਲਦੀ ਹੋਈ ਤਾਂ ਔਨਲਾਈਨ ਮੰਗਾ ਲਾਂਗੇ, ਕਿਉਂਕਿ ਇਹ ਆਲਰੇਡੀ ਐਚ ਪੀ ਅਤੇ ਡੈੱਲ 'ਤੇ ਇਹਨਾਂ ਨੇ 20-25% ਔਫ ਲਾਇਆ ਹੋਇਆ। ਆਫਿਸ ਵਰਕਸ ਵਿੱਚ ਜਾ ਕੇ ਦੇਖਦੇ ਹਾਂ ਕਿਹੜਾ ਲੈਪਟੋਪ ਲਈਏ, ਕਿਉਂਕਿ ਉੱਥੇ ਵੀ ਬਹੁਤ ਜ਼ਿਆਦਾ ਵਰਾਇਟੀ ਹੁੰਦੀ ਆ, ਕਾਫੀ ਚੀਜ਼ਾਂ ਆ ਉੱਥੇ ਵੀ। ਲਾਸਟ ਟਾਈਮ ਆਫਿਸ ਵਰਕ ਜਦੋਂ ਗਏ ਸੀ ਉਦੋਂ ਉੱਥੇ ਲੈਪਟੋਪ ਕਾਫੀ ਲੱਗੇ ਸੀ, ਅਤੇ ਉੱਥੇ ਹੁਣ ਜਾ ਕੇ ਦੇਖ ਹੀ ਆਈਏ। ਸੋ ਗਾਇਜ਼ ਆਪਾਂ ਪਹੁੰਚ ਗਏ ਜੀ ਆਫਿਸ ਵਰਕਸ, ਦੇਖਦੇ ਹਾਂ ਯਾਰ ਇੱਥੇ ਕੀ ਅਵੇਲੇਬਲ ਹੈਗਾ ਆ। ਅਤੇ ਇੱਥੇ ਲਾਸਟ ਟਾਈਮ ਦੇਖੇ ਸੀ ਕਾਫੀ ਲੈਪਟੋਪ ਲੱਗੇ ਸੀ, ਕੋਈ ਵੀ ਵਿੰਡੋ ਲੈਪਟੋਪ ਮਿਲ ਜਾਵੇ। ਹੁਣ ਮੈਂ ਸੋਚ ਰਿਹਾ ਕਿ ਦੇਖਦੇ ਹਾਂ ਕਿ ਕਿਹੜੇ ਕਿਹੜੇ ਲੈਪਟੋਪ ਲੱਗੇ ਆ। ਜਿੱਦਾਂ ਆਹ ਦੇਖੋ ਯਾਰ, ਇੱਥੇ $600 ਦਾ ਇਹ ਲੱਗਿਆ i5 HP ਦਾ, ਵਧੀਆ ਹੋ ਗਿਆ ਮੈਂ ਇੱਥੇ ਆ ਗਿਆ। ਸੋ ਇੱਥੇ ਵੀ ਕਾਫੀ ਵਰਾਇਟੀਆਂ ਹੈਗੀਆਂ ਆ ਵਿੰਡੋ ਲੈਪਟੋਪਾਂ ਦੀਆਂ। ਸੋ ਹੁਣ ਆਪਾਂ ਸਾਰਾ ਪਹਿਲਾਂ ਦੇਖਦੇ ਹਾਂ, ਉਸ ਤੋਂ ਬਾਅਦ ਉੱਧਰਲੀ ਸਾਈਡ ਵੀ ਦੇਖਾਂਗੇ। Few minutes later, ਇੱਥੇ ਲੈਪਟੋਪਸ ਦੀ ਵਰਾਇਟੀ ਲੱਗ ਰਿਹਾ ਸੀ ਹੈਗੀ ਆ, ਬਟ ਇੰਨੇ ਨਹੀਂ ਆ ਯਾਰ। ਜੇ ਬੀ ਹਾਈਫਾਈ ਜ਼ਿਆਦਾ ਆ, ਜੇ ਬੀ ਹਾਈਫਾਈ ਉੱਦਾਂ ਵੀ ਉਹਨਾਂ ਨੇ 25% ਔਫ ਲਾਇਆ ਹੋਇਆ, ਇੱਥੇ ਔਫ ਨਹੀਂ ਲੱਗਾ ਹੋਇਆ। ਤੁਸੀਂ ਦੇਖੋ ਜੇ ਆ 1500-1500 ਦੇ ਲੈਪਟੋਪ ਆ, ਉੱਥੇ ਆਪਾਂ ਨੂੰ ਬਹੁਤ ਵਧੀਆ 1500 ਦਾ ਮਿਲ ਰਿਹਾ ਆ। ਡੈੱਲ ਦਾ ਐਚ ਪੀ ਦਾ i7 ਪ੍ਰੋਸੈਸਰ ਤੱਕ ਵੀ ਉੱਥੇ ਵਧੀਆ ਵਧੀਆ ਲੱਗੇ ਹੋਏ ਆ। ਇੱਦਾਂ ਕਰਦੇ ਹਾਂ ਉੱਥੋਂ ਹੀ ਚੱਕ ਲੈਂਦੇ ਹਾਂ, ਇੱਥੋਂ ਇੱਦਾਂ ਹੈ ਕਿ ਆਪਾਂ ਪ੍ਰਾਈਜ਼ ਕੰਪੈਰੀਜ਼ਨ ਕਰ ਲਿਆ ਆ, ਹੁਣ ਔਨਲਾਈਨ ਇੱਕ ਵਾਰੀ ਦੇਖ ਲੈਂਦੇ ਹਾਂ। 3 hours later, ਆ ਗਏ ਗਾਇਜ਼ ਆਪਾਂ ਕਾਫੀ ਪੀਣ, ਹੁਣ ਲੈਪਟੋਪ ਤਾਂ ਮਿਲਿਆ ਨਹੀਂ ਯਾਰ। ਗਾਇਜ਼ ਹੁਣ ਆਪਾਂ ਆ ਗਏ ਇੱਥੇ ਕਾਫੀ ਪੀਣ, ਲੈਪਟੋਪ ਬਹੁਤ ਚੂਜ਼ ਕੀਤੇ, ਐਚ ਪੀ ਦਾ i7 ਵੀ ਆ, ਐਚ ਪੀ ਦਾ i5 ਵੀ ਆ। ਸੋ ਹੁਣ ਆਪਾਂ ਇੱਦਾਂ ਕਰਦੇ ਹਾਂ ਕਿ ਇੱਥੋਂ ਕੋਈ ਗੱਲ ਬਣੀ ਨਹੀਂ, ਅਤੇ ਹੁਣ ਆਪਾਂ ਪਹਿਲਾਂ ਕਾਫੀ ਪੀਂਦੇ ਹਾਂ, ਅਤੇ ਕੱਲ੍ਹ ਪਲੈਨ ਆ ਕਿ ਹਾਵੀ ਨੋਮਨ ਜਾਵਾਂਗੇ, ਹਾਵੀ ਨੋਮਨ ਜਾ ਕੇ ਅਤੇ ਉਸ ਤੋਂ ਬਾਅਦ ਦੇਖਾਂਗੇ ਕਿ ਕੀ ਹੈ ਸਿਸਟਮ ਉੱਥੇ, ਕਿ ਕਿਹੜੀ ਕਿਹੜੀ ਇਹ ਚੀਜ਼ਾਂ ਅਵੇਲੇਬਲ ਆ। ਅਤੇ ਉੱਥੇ ਇੱਕ ਲੈਪਟੋਪ ਲੱਗਿਆ $1000 ਦਾ, ਉਹ ਮੈਨੂੰ ਪਸੰਦ ਆ ਰਿਹਾ ਉੱਦਾਂ। ਜੇ ਹਾਵੀ ਨੋਮਨ ਵਧੀਆ ਡੀਲ ਮਿਲ ਗਈ ਅਤੇ ਆਪਾਂ ਹਾਵੀ ਨੋਮਨ ਤੋਂ ਚੱਕ ਲੈਣਾ, ਨਹੀਂ ਤਾਂ ਆਪਾਂ ਇੱਥੋਂ ਇੱਥੇ ਜਿੱਥੇ ਜੇ ਬੀ ਆਈ ਫਾਈ ਦੇਖਿਆ ਆ, ਉੱਥੇ ਆਪਾਂ ਉਹੀ ਜਿਹੜਾ $1000 ਜਾਂ $1100 ਵਾਲਾ ਲੱਗਾ ਨਾ i7 ਪ੍ਰੋਸੈਸਰ, ਉਹੀ ਵਾਲਾ ਲੈਣਾ ਯਾਰ। ਹਾਂ ਨੂੰ ਆਪਾਂ ਇੱਕ ਅਤੇ ਨਾਲ ਕਾਫੀ ਔਡਰ ਕਰ ਦਿੱਤੀ ਆ, ਦੇਖਦੇ ਹਾਂ ਹੁਣ ਕਿੰਨਾ ਕੁ ਟਾਈਮ ਲਾਉਂਦੇ ਆ ਇੱਥੇ ਯਾਰ। ਉਹ ਲਾਸਟ ਟਾਈਮ ਤਾਂ ਜਦੋਂ ਆਏ ਸੀ ਉਹ ਵਾਲਾ ਮੁੰਡਾ ਹੁਣ ਇੱਥੇ ਕੰਮ ਨਹੀਂ ਕਰ ਰਿਹਾ, ਉਦੋਂ ਮੁੰਡੇ ਨੂੰ ਇਹਨਾਂ ਨੇ ਕੱਢ ਦਿੱਤਾ ਸੀ ਬਾਹਰ, ਉਹਨੇ ਅੰਦਰ ਤੋੜ ਭੰਨ ਕੀਤੀ ਸੀ। ਲੈ ਆਓ ਯਾਰ ਫਟਾਫਟ, ਫੂਡ ਆ ਗਿਆ ਆਪਣਾ, ਸਵੀਡਿਸ਼ ਵੀ ਆ ਗਈ ਨਾਲ, ਅਤੇ ਆਪਣੀ ਕਾਫੀ ਆ ਰਹੀ। ਪਹਿਲਾਂ ਆਪਾਂ ਟਰਾਈ ਕਰਕੇ ਦੇਖਦੇ ਹਾਂ, ਵੈਫਲ ਕਿਹਨੂੰ ਕਿਹਨੂੰ ਵਧੀਆ ਲੱਗਦੀ ਹੈ ਕਮੈਂਟ ਕਰਕੇ ਦੱਸੋ। ਕਾਫੀ ਯੰਮੀ ਵੈਫਲ ਲੱਗ ਰਹੀ ਹੈ ਯਾਰ, ਹੁਣ ਇਹਨੂੰ ਆਪਾਂ ਇੰਜੋਏ ਕਰਦੇ ਹਾਂ ਹੌਟ ਡਰਿੰਕ ਦੇ ਨਾਲ। ਕਾਫੀ ਹਜੇ ਤੱਕ ਆਈ ਨਹੀਂ, ਪਤਾ ਨਹੀਂ ਕਿੰਨਾ ਟਾਈਮ ਲਾਉਣਾ ਇਹਨਾਂ ਨੇ। ਇਸ ਮਿੱਠੇ ਦੀ ਖੁਸ਼ੀ
लैपटॉप कल लैके दोबारा फिर मिठा खाना वा। क्या बात है गाइस, इन्होंने अपन नवे मग दे विच कॉफी लिया के दी आ। हुण आपां फूड दे नाल कॉफी इंजॉय करते हैं। जो इंस्ट्रक्शन दो उदे ही कॉफी बनाते हैं यार, मज़ा आ गया। तो हुण नाले करते हैं इंजॉय, तो ब्लॉग नू करते हैं इत्थे फिनिश। तो जे तुहानू वीडियो वधिया लगी तो लाइक शेयर कमेंट जरूर करियो, तो चैनल नू सबसक्राइब कर दियो गगन आस्ट्रेलिया। मिलते तुहानू हुण अगले ब्लॉग दे विच। टेक केयर जी।